ولی کل حجت ابن الحسن صلواتک علیہ وعلی آبائیہ فی ہذہ الساعت وفی کل ساعت من ساعت اللیل والنہار ولیا وحافظا وقائدا وناصرا ودلیلا وعینا حتی تسکنہ ورزقہ طوعا وتمتعہ فیہا طویلا. پڑھو صلوات بابا زید. मैं दुआ करने वास्ते हाजिर थी हाँ, इतने बुजुर्ग जवान बच्चे बैठे हो, मैंने दुआ करे सो सलवात पढ़ो बाबा जब बुलाने तो मैं नौकरी शुरू करो. कसमन बेबकता मैनु मक्का दी इज्जत दी कसम. वल हतीम जड़ी काबा दे नाल मुड़ी हुई दीवार है उस हतीम दी कसम. बात कसम बेखानन मैनु आबे जमजम दी पानी हुई इज्जत वाए तराम दी कसम. इतनिया कसमा चाक के पे फरमैने जरा नेदे बराबर सूरज हो सी अल्लाह दी सारी कायनात मैदान इच कठी हो सी हरामी दे मत्थे ते लिखाया हो सी है दुश्मन अली. दुए हाथ बुलंद कर गए नारा हैदरी मुनि गिमला मसैदा.
ਉਹ ਸੋਹਣਾ ਪੁੱਤਰਾ ਹੁਸੈਨ ਦਾ ਅਲੀ ਅਕਬਰ ਜਿਹੜਾ ਜ਼ੀਨ ਤੋਂ ਲੱਥਿਆ ਨਾ ਮੇਰੇ ਮੌਲਾ ਦੀ ਬਿਨਾਈ ਖਤਮ ਤੇ ਰੋ ਰੋ ਕੇ ਆਦੇ ਹਨ ਕਿੱਥਾਂ ਲੱਥਿਆ ਮੇਰੇ ਨਾਨੇ ਦੀ ਸ਼ਕਲ ਆਲਾ ਡੀ ਚੜਾ ਡਾਵਿੰਦਾ ਮੌਲਾ ਨੇ ਆਪਣੇ ਕਾਤਲਾਂ ਨੂੰ ਦੇਖਣਾ ਸ਼ੁਰੂ ਕੀਤਾ ਪਹਿਲੇ ਗਾਜ਼ੀ ਦਾ ਕਾਤਿਲ ਹੈ ਬਾਅਦ ਕਾਸਿਮ ਦਾ ਕਾਤਿਲ ਹੈ ਬਾਅਦ ਅਕਬਰ ਦਾ ਕਾਤਿਲ ਹੈ ਹਾਲੇ ਅਕਬਰ ਦਾ ਕਾਤਿਲ ਨਾ ਹੀ ਆਇਆ ਦੋ ਹੰਝੂ ਜ਼ਮੀਨ ਤੇ ਰੱਠੀਆਂ ਨਾ ਲੈਣ ਤੇ ਦੋ ਹੱਥਾਂ ਬਾਬਾ ਇੱਕ ਸਵਾਲ ਹੈ ਪੁੱਛ ਬਾਬਾ ਜਿਹੜਾ ਮਾਲੀ ਬਾਗ ਲੈਣ ਹਮਾਰਾ ਬੂਟਾ ਫਲਦਾ ਜਾਂ ਕੋਈ ਕੋਈ ਨਹੀਂ ਫਲਦਾ ਕੋਈ ਕੋਈ ਨਹੀਂ ਫਲਦਾ ਬਾਬਾ ਬਤ ਮਾਲੀਆਂ ਨਾਲ ਕੀ ਥੀਂਦੀ ਹੈ ਜਿਵੇਂ ਨਿਭਦੀ ਨਿਭੈਂਦਨ ਮੌਲਾ ਨਿਭਾ ਮੈਂ ਮੈਦਾਨ ਵੈਨਾ ਆਪ ਹੁਸੈਨ ਨੇ ਆਪਣੇ ਸੋਹਣੇ ਪੁੱਤਰ ਨੂੰ ਤਿਆਰ ਕੀਤਾ ਹਕਲਾਂ ਮਾਰਨੀਆਂ ਸ਼ੁਰੂ ਕੀਤੀਆਂ ਸਕੀਨਾ ਰਬਾਬ ਜਲਦੀ ਆਨੇ ਦੀ ਸ਼ਕਲ ਆਲੇ ਨੂੰ ਮੈਦਾਨ ਬੀਆ ਬੀਏ ਨਾ ਯਾਰਾ ਬੀਬੀਆਂ ਪੱਥਰਾਂ ਦਾ ਮਾਤਮ ਸ਼ੁਰੂ ਕੀਤਾ ਹਿਕ ਬੀਬੀਏ ਕਹਿ ਵੇਲੇ ਅੰਦਰ ਵਹਿੰਦੀ ਹੈ ਗਏ ਵੇਲੇ ਬਹਿਰਾ ਕੇ ਕੁਰਾਨ ਦੀ ਆਯਤ ਪੜ੍ਹਦੀ ਹੈ ਪੁੱਤਰ ਦੇ ਪਿੰਘੇ ਤੂੰ ਮਾਰ ਮਾਲ ਹਟੈਂਦੀ ਹੈ ਰੋ ਰੋ ਗਿਆ ਦੇ ਅੱਜ ਤੂੰ ਵੀ ਜਵਾਨ ਹੋਇਆ ਮੈਂ ਦਾ ਵਜੜਾ ਫਿਰਾਵਾਂ ਦੇ ਬਦਲੇ ਫਿਰਾ ਚਾਰ ਸਾਲਾਂ ਦੀ ਭੈਣ ਜਿਹਦਾ ਨਾਮ ਸਕੀਨਾ ਹੈ ਰੋ ਰੋ ਕੇ ਪਈਆ ਦੀ ਅਕਬਰਾ ਰੋ ਰੋ ਕੇ ਆਵਾਜ਼ ਪਈਆਂ ਦੀ ਮੈਂ ਘੋੜੇ ਤੋਂ ਲੈ ਆਣਾ ਰੋ ਰੋ ਕੇ ਆਵਾਜ਼ ਆਈ ਹੁਣ ਲੱਤੋਂ ਜਾਂ ਅੰਮਾ ਮਰਵੇ ਸੀ ਜਾਂ ਬਾਬਾ ਮਰਵੇ ਸੀ ਅਕਬਰਾ ਸਜਾ ਪੈਰ ਰੱਖਾ ਵਿੱਚ ਕੱਢ ਅਕਬਰ ਪੈਰ ਕੱਢੇ ਸਕੀਨਾ ਤਲੀਆਂ ਤੇ ਬੋਸਾ ਦੇ ਕੇ ਆ ਦੇ ਅੱਜ ਮਦੀਨੇ ਵਾਲੀ ਭੈਣ ਹੋਵੇ ਆਜੇ ਨੂੰ ਸਤਵੀਂ ਦਾ ਵਾਦਾ ਦੇ ਆਏ ਅੱਲਾਹੁਮਾ ਸੱਲੇ ਅਲਾ